ਸਾਚੀ ਲਿਵੈ ਬਿੰਦੇਹ ਨਿਮਾਣੀ ਤੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਤੂਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਗ ਸਵਾਰੀਆ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਸਤਿਗੁਰੂ ਸਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰਬਾਣੀ ਰੂਪ ਮਿੱਠੜੇ ਬੋਲ ਗੁਰੂ ਕੇ ਅਮਰਤ ਹਰੀ ਸਿੰਘ ਜੋ ਗੁਰੂ ਕਲਗੀਧਰ ਪਾਤਸ਼ਾਹ ਦੇ ਜਹਾਜੇ ਚੜੇ ਨੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਰੂਪ ਵਿੱਚ ਇਹ ਬਚਨ ਨਿਤਾ ਪ੍ਰਤੀ ਪੜਿਆ ਕਰਦੇ ਨੇ ਸੋ ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਮੇਰੇ ਸੋਹਣੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਸੰਗੀ ਜਨੋ ਸਤਗੁਰ ਦੀਨ ਦਿਆਲ ਦਾ ਕਰਮ ਹੋਇਆ ਮਹਿਰਮਤ ਹੋਈ ਜੋ ਸੱਚੇ ਪਾਤਸ਼ਾਹ ਨੇ ਇਹ ਜੀਵਨ ਬਖਸ਼ ਕੇ ਕਿਰਤਾਰਥ ਕੀਤਾ ਪਰ ਇਸ ਜੀਵਨ ਦਾ ਪ੍ਰਾਪਤ ਹੋ ਜਾਣਾ ਕੋਈ ਮੰਜ਼ਲ ਨਹੀਂ ਸਗੋਂ ਮੰਜ਼ਲ ਦੀ ਪ੍ਰਾਪਤੀ ਲਈ ਵਧਣਾ ਇਸ ਲਈ ਇਹ ਜੀਵਨ ਪ੍ਰਾਪਤ ਹੋਇਆ ਤਾਂ ਜੋ ਮੰਜ਼ਲ ਤੱਕ ਅਪੜਿਆ ਜਾ ਸਕੇ ਤੇ ਮੰਜ਼ਲ ਕਿਵੇਂ ਪ੍ਰਾਪਤ ਹੋਵੇਗੀ ਸੱਚ ਦੇ ਮਾਰਗ ਤੇ ਤੁਰਿਆ ਪਰਮੇਸ਼ਵਰ ਦੇ ਨਾਮ ਵਿੱਚ ਚਿਤ ਜੋੜਿਆ ਲਿਵ ਲਾਇਆ ਬਾਬਾ ਜੀ ਫਰਮਾਉਂਦੇ ਨੇ ਸਾਚੀ ਲਿਵੈ ਬਿੰਦੇਹ ਨਿਮਾਣੀ ਇਸ ਲਿਵ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਲਾਉਣਾ ਕਰੀ ਤਾਂ ਜੋ ਜੀਵਨ ਦੇ ਪਰਮ ਗੜ ਟੁੱਟ ਜਾਣ ਸੋ ਸਤਗੁਰ ਧੰਨ ਧੰਨ ਜਿਨ ਪਰਮਗੜ ਤੋੜਿਆ ਸੋ ਸਤਗੁਰ ਵਾਹ ਵਾਹ ਜਿਨ ਹਰ ਸਿਓ ਜੋੜਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਪੰਥ ਦੇ ਮਹਾਨ ਲਿਖਾਰੀ ਵਿਦਵਾਨ ਪ੍ਰਚਾਰਕ ਉਹਨਾਂ ਨੇ ਗੁਰੂ ਨਾਨਕ ਦੇਵ ਸਤਗੁਰ ਸੱਚੇ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਬਾਰੇ ਜੋ ਆਪਣੀਆਂ ਵਾਰ ਤੇ ਪਉੜੀਆਂ ਲਿਖੀਆਂ ਇਹ ਹੈਰਾਨੀ ਭਰੀ ਬਾਤ ਦਾ ਜ਼ਿਕਰ ਕੀਤਾ ਕਿ ਉਹ ਮਨੁੱਖ ਜਿਸ ਨੂੰ ਗੁਰਬਾਣੀ ਦੇ ਵਿੱਚ ਸਰਬ ਜੂਨਾ ਦਾ ਸਰਦਾਰ ਕਿਹਾ ਜਾਂਦਾ ਹੈ ਤੇ ਸਾਡੇ ਮੁਸਲਮਾਨ ਵੀਰ ਇਸ ਮਨੁੱਖ ਨੂੰ ਅਸ਼ਰਫ ਉਲ ਮਖਲੂਕਾਤ ਕਹਿੰਦੇ ਨੇ। pau ਇਸ ਸਮੁੱਚੀ ਕਾਇਨਾਤ ਦਾ ਤਾਜ 크라운 ਇਹ ਜੋ ਜੀਵਨ ਪ੍ਰਾਪਤ ਹੋਇਆ ਪਰ ਭਾਈ ਸਾਹਿਬ ਜੀ ਫਰਮਾਉਂਦੇ ਨੇ ਇਹ ਮਨੁੱਖ ਆਪਣੇ ਹੀ ਬੰਦਨਾ ਵਿੱਚ ਫਸ ਗਿਆ ਉਸਨੇ 9 ਗ੍ਰਹਿ 12 ਰਾਸ਼ੀਆਂ ਕੇਵਲ ਜਗਤ ਨੂੰ ਪਰਮਾਉਣ ਦੀ ਖਾਤਰ ਤੇ ਆਪਣੀ ਹੱਟੀ ਨੂੰ ਧਰਮ ਦੇ ਨਾਂ ਤੇ ਚਲਾਉਣ ਦੀ ਖਾਤਰ ਇਹ ਭਲੇਖੇ ਪਾ ਲੇ ਮਾੜੇ ਤੇ ਚੰਗੇ ਸ਼ਗਨ ਮਿਥਲੇ ਹਰ ਗੱਲ ਦੀ ਥਾਂ ਵਹਿਮ ਤੇ ਭਰਮ ਨੇ ਲੈ ਲਈ ਧਰਤੀ ਦਾ ਸਰਦਾਰ ਕਿਸੇ ਦੇ ਨਿਛਮਾਰਨ ਤੇ ਕੰਮ ਕਾਂਡ ਕਰਨ ਤੋਂ ਰਹਿ ਗਿਆ ਕਿਸੇ ਕੁੱਤੇ ਦੇ ਭੌਂਕਣ ਤੇ ਜ਼ਰੂਰੀ ਕੰਮ ਕਰਨ ਤੋਂ ਵਾਂਝਾ ਰਹਿ ਗਿਆ ਬਿੱਲੀ ਦੇ ਰਾਹ ਕੱਟਣ ਤੇ ਯਾਤਰਾ ਆਰੰਭ ਕਰਨ ਤੋਂ ਰਹਿ ਗਿਆ ਕਹਿਣ ਨੂੰ ਇਹ ਧਰਤੀ ਦਾ ਸਰਦਾਰ ਹੈ ਭੈ ਤੇ ਨਿਰਭਾਉ ਡਰਤਾ ਫਿਰੈ ਵਾਲੀ ਦਸ਼ਾ ਹੋ ਗਈ ਤਰਮ ਹੀ ਪਰਮ ਦਾ ਗੜ ਬਣ ਗਿਆ ਸੌਨ ਸਗਨ ਵਿਚਾਰ ਨੇ ਨੌ ગ્રਹ 12 ਰਾਸ ਵਿਚਾਰਾ टूणे टूनेसिया कन सोई पसार पसारा गदों कुत्ते बिलिया इल मठाली गिदड़ छारा किसे पुजाई सिला सुन कोई गोरी मड़ी पुजावे तंत्र मंत्र पाखंड कर ਗਲ ਹੈ ਕਰੋਧ ਬਹੁਵਾਦ ਵਧਾਵੇ ਆਪੋ ਧਾਪੀ ਹੋਏ ਕੇ ਨਿਆਰੇ ਨਿਆਰੇ ਧਰਮ ਚਲਾਵੇ ਫੋਕਟ ਭਰਮੀ ਪਰਮ ਭੁਲਾਵੇ ਸੋ ਇਨਾਂ ਕਰਮਾਂ ਦੇ ਵਿੱਚ ਖਚਤ ਹੋਇਆ ਸੀ ਮਨੁੱਖ ਆਪਣੇ ਆਪ ਨੂੰ ਧਰਮੀ ਸਮਝ ਬੈਠਾ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਤਨਾ ਨਾਲ ਇਸ ਭਰਮ ਜਾਲ ਵਿੱਚੋਂ ਮਨੁੱਖਤਾ ਨੂੰ ਕਢਿਆ ਗਿਆ 12 ਮਾ ਤੁਖਾਰੀ ਉਚਾਰ ਕੇ ਸਤਿਗੁਰਾਂ ਨੇ ਦ੍ਰਿੜ ਕਰਾਇਆ ਕਿ ਸਭ ਕੁਝ ਹੀ ਪਲਾ ਹੈ ਕੋਈ ਮਾੜੀ ਚੰਗੀ ਥਿਤਵਾਰ ਨਹੀਂ ਗੁਰੂ ਅਰਜਨ ਦੇਵ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਾਹ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ ਬਚਨ ਫਰਮਾ ਕੇ ਭਰਮ ਕਾ ਆਂਡਾ ਤੋੜਿਆ ਅਤੇ ਪਰਮਾ ਵਿੱਚ ਪੰਬਲ ਪੂਸੇ ਖਾਂਦੇ ਬੰਦੇ ਨੂੰ ਸੁਤੰਤਰ ਕੀਤਾ ਗਿਆਨ ਦੀ ਆਂਧੀ ਅਗੇ ਭਰਮ ਕੀ ਟਾਟੀ ਉੱਡਦੇ देर ਵੀ ਨਾ ਲੱਗੀ ਵਾਰ ਭਰਮਗੜ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੀ ਪਾਸ਼ ਪਾਸ਼ ਹੋਇਆ ਸ਼ਨੀਚਰ ਵਾਰ ਵਾਲੇ ਦਿਹਾੜੇ ਸਿੱਖ ਪਏ ਸ਼ਿਕਾਰ ਖੇਡਦੇ ਸਨ ਕਿ ਇੱਕ ਬ੍ਰਾਹਮਣ ਨੇ ਸ਼ਨੀਵਾਰ ਦਾ ਦਿਨ ਭਾਰਾ ਦੱਸ ਕੇ ਦਖਣਾ ਮੰਗੀ ਅਤੇ ਲੋਹੇ ਦੇ ਬਾਟੇ ਵਿੱਚ ਪਏ ਹੋਏ ਤੇਲ ਵਿੱਚ ਸਿੱਕਾ ਪਾਉਣ ਲਈ ਕਿਹਾ ਸਿੱਖਾਂ ਆਖਿਆ ਕਿ ਉਹਨਾਂ ਦੇ ਸਭ ਭਾਰੇ ਹੌਲੇ ਦਿਨ ਮੁੱਕ ਗਏ ਹਨ ਬ੍ਰਾਹਮਣ ਦੀ ਅੜੀ ਉਂਝ ਵੀ ਪ੍ਰਸਿੱਧ ਹੈ ਪਰ ਉਹ ਤਾਂ ਪਿੱਛੇ ਹੀ ਪੈ ਗਿਆ ਸਿੱਖਾਂ ਠਰਮੇ ਨਾਲ ਫੇਰ ਉਸ ਨੂੰ ਚਲੇ ਜਾਣ ਲਈ ਕਿਹਾ ਤੇ ਇਹ ਵੀ ਡਰ ਪਾਇਆ ਕਿ ਜੇ ਉਹ ਨਾ ਗਿਆ ਤੇ ਤੇਲ ਪੈਸੇ ਤੇ ਬਾਟਾ ਖੋ ਲਵਾਂਗੇ ਫੇਰ ਵੀ ਜਦੋਂ ਨਾ ਹਟਿਆ ਤੇ ਸਿੰਘਾਂ ਬਾਟਾ ਖੋਲਿਆ ਤੇਲ ਦੇ ਪਕੌੜੇ ਤੱਲੇ ਤੇ ਮਾਇਆ ਗੋਲਕ ਵਿੱਚ ਪਾ ਦਿੱਤੀ ਬਾਟੇ ਦੀ ਭਲਾ ਕੀ ਵਰਤੋਂ ਕੀਤੀ ਜਾਏ ਉਹਨਾਂ ਨੂੰ ਸਮਝ ਨਾ ਆਵੇ ਬਾਟਾ ਲੈ ਕੇ ਉਹ ਗੁਰੂ ਜੀ ਪਾਸ ਆਏ ਤੇ ਸਾਰੀ ਵਾਰਤਾ ਸੁਣਾਈ ਸੱਚੇ ਪਾਤਸ਼ਾਹ ਨੇ ਫਰਮਾਇਆ ਅੱਜ ਤਸਾਂ ਵਹਿਮਾਂ ਦੀ ਲੰਮੀ ਦੌੜ ਜਿੱਤ ਲਈਏ ਪਰਮ ਗੜ ਤੋੜ ਦਿੱਤਾ ਹੈ ਇਸ ਬਾਟੇ ਦੇ ਕੜੇ ਬਣਾ ਕੇ ਪਾਓ ਤੇ ਅੱਜ ਤੋਂ ਹਰ ਸਿੱਖ ਸਰਬ ਲੋ ਦੇ ਕੜੇ ਦਾ ਧਾਰਨੀ ਹੋਵੇ। ਦਾਇ ਹੱਥ ਮੇ ਸਰਬ ਲੋ ਕਾ ਕੜਾ ਪੈਨੇ ਤਾਂ ਕਿ ਹਰ ਕਿਸੇ ਨੂੰ ਪਤਾ ਲੱਗੇ ਕਿ ਸਿੱਖ ਇਹ ਸੌਨ ਸ਼ਗਨ ਨਹੀਂ ਮੰਦਾ। ਇਹ ਕੜਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਿੱਖ ਵਹਿਮੀ ਨਹੀਂ। ਸਿੱਖ ਨੇ ਸ਼ਨੀ ਮੰਗਲ ਆਦਕ ਸਭ ਜਿੱਤ ਲਏ ਹਨ ਇਸ ਕੜੇ ਨੂੰ ਵੀ ਗੁਰੂ ਪਾਤਸ਼ਾਹ ਨੇ ਖਾਲਸਾ ਸਾਜਣ ਵੇਲੇ ਰਹਿਤ ਮਰਿਆਦਾ ਦਾ ਇੱਕ ਜ਼ਰੂਰੀ ਅੰਗ ਬਣਾ ਦਿੱਤਾ ਗੁਰੂ ਅਮਰਦਾਸ ਸਤਗੁਰ ਸੱਚੇ ਪਾਤਸ਼ਾਹ ਦੇ ਸਮੇਂ ਸਿੱਖੀ ਦਾ ਪ੍ਰਚਾਰ ਦੂਰ ਦੁਰਾਡੇ ਹੋਣ ਲੱਗ ਪਿਆ ਸੀ ਮੰਜੀ ਬਰਦਾਰ ਪ੍ਰਚਾਰ ਵਿੱਚ ਰੁੱਝੇ ਰਹਿੰਦੇ ਸਨ ਤੇ ਸਮੇਂ ਸਿਰ ਭੇਟਾ ਆਦ ਨਹੀਂ ਸੰਭੇਜ ਸਕਦੇ ਫੇਰ ਉਹਨਾਂ ਪ੍ਰਚਾਰਕਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਲੱਗਦਾ ਕਿ ਕੇਂਦਰ ਵਿੱਚ ਕੀ ਵਾਪਰ ਰਿਹਾ ਹੈ ਇਹਨਾਂ ਨੂੰ ਮੁੱਖ ਰੱਖਦੇ ਹੋਏ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪਰਥਾ ਆਰੰਭ ਕੀਤੀ ਇਹਨਾਂ ਮਸੰਦਾਂ ਨੇ ਪੰਥ ਉਸਾਰੀ ਵਿੱਚ ਤਗੜਾ ਹਿੱਸਾ ਪਾਇਆ ਮਸੰਦ ਸ਼ਬਦ ਫਾਰਸੀ ਦੇ ਮਨਸਦ ਦਾ ਵਿਗੜਿਆ ਹੋਇਆ ਰੂਪ ਹੈ ਜਿਸ ਦਾ ਅਰਥ ਹੈ ਉੱਚੀ ਥਾਂ ਵਾਲਾ ਇਹ ਮਸੰਦ ਉੱਚੇ ਆਚਰਣ ਵਾਲੇ ਧਿਆਨਤਦਾਰ ਤੇ ਬੜੇ ਉਤਸ਼ਾਹੀ ਹੁੰਦੇ ਸਨ ਗੁਰੂ ਅਰਜਨ ਦੇਵ ਸਤਗੁਰ ਸੱਚੇ ਪਾਤਸ਼ਾਹ ਵੇਲੇ ਭਾਈ ਅਜਬ ਅਜਾਇਬ ਕੋਲੋਂ ਕਿਸੇ ਪੁੱਛਿਆ ਸੀ ਕਿ ਉਹ ਗੁਰੂ ਦੀ ਭੇਟਾ ਨੂੰ ਕਿ ਐਸਾ ਸਮਝਦੇ ਹਨ ਤਾਂ ਉਹਨਾਂ ਨੇ ਜਵਾਬ ਦਿੱਤਾ ਜੈਸੇ ਬਿਖ ਹੁੰਦੀ ਹੈ ਪਰ ਸਮਾਪਾ ਕੇ ਇਹ ਮਸੰਦ ਗੁਰੂ ਦੀ ਭੇਟਾ ਰੂਪ ਇਹ ਜ਼ਹਿਰ ਖਾਣ ਲੱਗ ਪਏ ਤੇ ਅੰਦਰੋਂ ਜ਼ਹਿਰੀਲੇ ਹੋ ਗਏ। ਬਾਬਾ ਰਾਮ ਰਾਏ ਜੀ ਪਾਸੋਂ ਮਸੰਦਾਂ ਦੇ ਅਤਿਆਚਾਰਾਂ ਦੀ ਕਹਾਣੀ ਗੁਰੂ ਸਾਹਿਬ ਪੌਂਟਾ ਸਾਹਿਬ ਰਹਿ ਕੇ ਸੁਣ ਚੁੱਕੇ ਸਨ। ਪਰ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਗੁਰੂ ਘਰ ਦੇ ਮਸੰਦ ਇਤਨੇ ਨੀਵੇਂ ਹੋ ਜਾਣਗੇ ਗੁਰੂ ਜੀ ਤਾਂ ਇਹ ਦੇਖ ਹੀ ਚੁੱਕੇ ਸਨ ਕਿ ਬੁਜ਼ਦਿਲ ਤਾਂ ਹੋ ਗਏ ਹਨ ਪਰਕਾਰ ਭੇਟਾ ਅਜੇ ਪੁਜਾਈ ਜਾ ਰਿਹਾ ਹੈ ਉਹਨਾਂ ਵਿੱਚ ਗੁਰੂ ਦੇ ਆਦਰ ਵਾਲੀ ਭਾਵਨਾ ਵੀ ਮੁੱਕ ਚੁੱਕੀ ਸੀ ਸਨ 1697 ਦੀ ਦੀਵਾਲੀ ਨੂੰ ਜਦੇ ਕਈ ਮਸੰਦਾਂ ਨੇ ਭੇਟਾਵਾਂ ਪੇਸ਼ ਕਰਨ ਦੀ ਥਾਂ ਭਰੇ ਦੀਵਾਨ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀਆਂ ਨਿਤ ਦੀਆਂ ਜੰਗਾਂ ਤੋਂ ਸਿੱਖ ਸੰਗਤਾਂ ਦੁਖੀ ਹਨ ਤੇ ਭੇਟਾਵਾਂ ਨਹੀਂ ਦਿੰਦੀਆਂ ਤਾਂ ਮਹਾਰਾਜ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਗੁਰੂ ਜੀ ਨੇ ਉਸ ਸਮੇਂ ਸਿੱਖ ਫੌਜੀ ਭੇਜ ਕੇ ਮਸੰਦਾਂ ਦੇ ਤੰਬੂਆਂ ਤੋਂ ਸਾਰੀਆਂ ਕੀਮਤੀ ਭੇਟਾਵਾਂ ਲਿਆ ਸਾਹਮਣੇ ਰੱਖੀਆਂ ਉਸੇ ਰਾਤ ਜਦੋਂ ਨਕਲੀਆਂ ਨੇ ਮਸੰਦਾਂ ਦੀ ਨਕਲ ਉਤਾਰ ਕੇ ਮਸੰਦਾਂ ਦਾ ਸਿੱਖ ਸੰਗਤਾਂ ਪ੍ਰਤੀ ਅਤ ਮੰਦਾ ਵਤੀਰਾ ਦੱਸਿਆ ਤਾਂ ਮਹਾਰਾਜ ਨੇ ਉਸ ਸਮੇਂ ਹੁਕਮ ਦੇ ਕੇ ਸਭ ਮਸੰਦ ਮਨਸੂਖ ਕਰ ਦਿੱਤੇ ਹਰ ਮਸੰਦ ਨੂੰ 1698 ਈਸਵੀ ਦੀ ਵਿਸਾਖੀ ਪੇਸ਼ ਹੋਣ ਦਾ ਹੁਕਮ ਦਿੱਤਾ ਤੇ ਸੰਗਤਾਂ ਪ੍ਰਤੀ ਹੁਕਮਨਾਮੇ ਭੇਜੇ ਕਿ ਮਸੰਦ ਪ੍ਰਥਾ ਖਤਮ ਕਰ ਦਿੱਤੀ ਗਈ ਹੈ ਸਭ ਸੰਗਤਾਂ ਹੁਣ ਗੁਰੂ ਦਾ ਖਾਲਸਾ ਹੈ ਗੁਰੂ ਜੀ ਨੇ ਇਹ ਵੀ ਦੇਖ ਲਿਆ ਸੀ ਕਿ ਮਜਬੂਤ ਜਥੇਬੰਦੀ ਬਣਾਉਣ ਵਿੱਚ ਇਹ ਮਸੰਦ ਹੀ ਰੁਕਾਵਟਾਂ ਹਨ ਭਾਈ ਕੇਸਰ ਸਿੰਘ ਨੇ ਬੰਸਾਵਲੀ ਨਾਮੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਦੇਸੀ ਦੇਸੀ ਹੁਕਮ ਨਾਮੇ ਲਿਖ ਮੇਵੜੇ ਪਠਾਏ ਮਸੰਦ ਮਸੰਦੀਏ ਨੂੰ ਨਹੀਂ ਮੰਨਣਾ ਸਿੱਖ ਗੁਰੂ ਕਾ ਸਿੱਖੀ ਦੀ ਰਹਿਤ ਕਮਾਏ ਹੁਕਮਨਾਮਿਆਂ ਵਿੱਚ ਸਤਿਗੁਰਾਂ ਨੇ ਸਿੱਧੀ ਪਹੁੰਚ ਦੀ ਗੱਲ ਲਿਖੀ ਸਤਿਗੁਰਾਂ ਨੇ 1698 ਈਸਵੀ ਦੇ ਇੱਕ ਹੁਕਮਨਾਮੇ ਵਿੱਚ ਇਹ ਬਚਨ ਵੀ ਲਿਖਿਆ ਭਾਈ ਕਲਿਆਣ ਰਾਏ ਸਰਬੱਤ ਸੰਗਤ ਮਾਛੀ ਵਾਲੇ ਕੀ ਗੁਰੂ ਰੱਖੇਗਾ ਸੰਗਤ ਮੇਰਾ ਖਾਲਸਾ ਹੈ ਜੋ ਗੁਰੂ ਕੇ ਨਬਤ ਕਾ ਹੋਵੇ ਗੋਲਕ ਦਸਵੰਦ ਮੰਨਤ ਸੋ ਹਜੂਰ ਲੈ ਆਵਣਾ ਇਸੇ ਤਰ੍ਹਾਂ ਇੱਕ ਹੁਕਮਨਾਮੇ ਵਿੱਚ ਅਲਹਾਬਾਦ ਦੀ ਸੰਗਤ ਨੂੰ ਲਿਖਿਆ ਸੀ ਕਿ ਸਰਬ ਸੰਗਤ ਪਿਰਾਗ ਕੀ ਮੇਰਾ ਖਾਲਸਾ ਹੈ ਸੰਗਤ ਮਸੰਦ ਮਸੰਦੀਏ ਨੂੰ ਨਾਹੀ ਮਿਲਣਾ ਜੋ ਸਿੱਖ ਮਿਲੇ ਸੋ ਮੈਲ ਲੈਵਣਾ ਦਿੱਕਤ ਨਹੀਂ ਕਰਨੀ ਸੰਗਤ ਹਥਿਆਰ ਬਣ ਕੇ ਦਰਸ਼ਨ ਆਵਣ ਬਨਾਰਸ ਦੀ ਸੰਗਤ ਨੂੰ ਲਿਖਿਆ ਇਹ ਮੇਰਾ ਖਾਲਸਾ ਹੈ। ਮਸੰਦਾਂ ਨੂੰ ਆਨੰਦਪੁਰ ਸਾਹਿਬ ਬੁਲਾ ਕੇ ਸਤਿਗੁਰਾਂ ਨੇ ਕਰਨੀਆਂ ਸਜਾਵਾਂ ਵੀ ਦਿੱਤੀਆਂ। ਇਥੋਂ ਤੱਕ ਗੁਰੂ ਜੀ ਨੇ ਬਚਨ ਕੀਤਾ ਕਿ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ ਤੇ ਦੂਜੇ ਪਾਸੇ ਮਸੰਦ ਤਾਂ ਮਸੰਦ ਪਾਸੇ ਨਹੀਂ ਜਾਣਾ। ਖੂਨੀ ਹਾਥੀ ਵੱਲ ਚਲੇ ਜਾਣਾ ਮਸੰਦ ਖੂਨੀ ਹਾਥੀ ਤੋਂ ਵੀ ਮਾੜਾ ਹੁੰਦਾ ਹੈ। ਮਸੰਦਾ ਨੂੰ ਕਿੰਨਾ ਮਾੜਾ ਸਮਝਦੇ ਸਨ ਗੁਰੂ ਪਾਤਸ਼ਾਹ ਉਸ ਦੀ ਇੱਕ ਸਾਖੀ ਵੀ ਆਉਂਦੀ ਹੈ ਕਿ ਇੱਕ ਸਿੱਖ ਨਿਮੋ ਝਾਣਾ ਦਰਬਾਰ ਵਿੱਚ ਬੈਠਾ ਹੋਇਆ ਸੀ ਸੱਚੇ ਪਾਤਸ਼ਾਹ ਨੇ ਪੁੱਛਿਆ ਤੈਨੂੰ ਕੀ ਹੋਇਆ ਉਹ ਉਸ ਕਿਹਾ ਜੀ ਸੱਚੇ ਪਾਤਸ਼ਾਹ ਮੈਂ ਗਊ ਦਾ ਹਤਿਆਰਾ ਹਾਂ ਮਹਾਰਾਜ ਨੇ ਫਰਮਾਇਆ ਅਸਾਂ ਜਾਤਾ ਕਿਸੇ ਮਸੰਦ ਮਸੰਦੀਆ ਕੇ ਮੁਖ ਲਾਗਾ ਸੋ ਐਸਾ ਬੈਠਾ ਹੈ ਗਊ ਮੂਈ ਤਾਂ ਕਿਹਾ ਹੋਇਆ ਜਾ ਘਰ ਬੈਠੜਾ ਸੋ ਇਥੋਂ ਪਤਾ ਲੱਗਦਾ ਹੈ ਕਿ ਮਸੰਦਾ ਦਾ ਆਚਰਨ ਕਿੰਨਾ ਨੀਵਾ ਹੋ ਚੁੱਕਾ ਸੀ ਜਿਨ੍ਹਾਂ ਨੂੰ ਆਪ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਨੇ ਥਾਪਿਆ ਹੋਵੇ ਸਮੇਂ ਦੀਆਂ ਹਨੇਰੀਆਂ ਨੇ ਇਹਨਾਂ ਨੂੰ ਮਨ ਕਰਕੇ ਕਾਲਾ ਕਰ ਛੜਿਆ ਸੀ ਗੁਰੂ ਕਿਆ ਸਿਖਾ ਇਸ ਗੱਲ ਤੋਂ ਇਹ ਉਪਦੇਸ਼ ਜ਼ਰੂਰ ਧਾਰਨ ਕਰਨਾ ਕਿ ਜਦੋਂ ਤੱਕ ਗੁਰੂ ਦੀ ਬਾਣੀ ਤੇ ਵਿਚਾਰ ਨਾਲ ਜੁੜੇ ਹਾਂ ਤਾਂ ਤੱਕ ਤਾਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ ਪਰ ਜੇ ਗੁਰੂ ਦੀ ਬਾਣੀ ਬਾਣਾ ਵਿਸਰ ਗਿਆ ਤੇ ਫਿਰ ਸਿੱਖ ਹੋਣ ਦਾ ਦਾਵਾ ਕਰਨ ਵਾਲਿਓ ਸਾਡਾ ਹਾਲ ਵੀ ਉਹਨਾਂ ਮਸੰਦਾ ਵਰਗਾ ਹੋਣਾ ਇਹ ਮਿਲਿਆ ਕੁਝ ਕੁ ਸੁਖਾਵਾਂ ਸਮਾਂ ਗੁਰੂ ਜੀ ਪੰਥ ਉਸਾਰੀ ਲਈ ਵਰਤ ਰਹੇ ਸਨ ਉਹ ਕਰਮ ਉਪਦੇਸ਼ ਸਿੱਖਾਂ ਨੂੰ ਦ੍ਰਿੜ ਕਰਾ ਰਹੇ ਸਨ ਜਿਨ੍ਹਾਂ ਦੁਆਰਾ ਉਹਨਾਂ ਵਿੱਚ ਆਤਮ ਨਿਰਭਰਤਾ ਸੁਤੰਤਰਤਾ ਤੇ ਆਚਰਨ ਪਰਪੱਕ ਹੋਵੇ ਸਿੱਖੀ ਕਿਸੇ ਦੀ ਮਹਤਾਜ ਨਾ ਰਹੇ ਤੇ ਸਿੱਖ ਧਾਰਮਿਕ ਤੌਰ ਤੇ ਸੁਤੰਤਰ ਹੋਵੇ ਤੇ ਰਾਜਨੀਤਿਕ ਤੌਰ ਤੇ ਆਜ਼ਾਦ ਹੋਵੇ ਇੱਕ ਵੇਰਾਂ ਇੱਕ ਸਿੱਖ ਨੇ ਆ ਕੇ ਸ਼ਿਕਾਇਤ ਕੀਤੀ ਜੀ ਉਹ ਸੁਖਮਨੀ ਸਾਹਿਬ ਦਾ ਪਾਠ ਪਿਆ ਕਰਦਾ ਸੀ ਤੇ ਅਖੀਰੀ ਅਸ਼ਟਪਦੀ ਰਹਿੰਦੀ ਸੀ ਰਬਾਬੀ ਨੇ ਆ ਕੇ ਦੋ ਤਾਰਾ ਖੜਕਾਇਆ ਕੀਰਤਨ ਆਰੰਭ ਕਰ ਦਿੱਤਾ ਸੋ ਰਬਾਬੀਆਂ ਗੁਰਬਾਣੀ ਦੀ ਬੇਅਦਬੀ ਕੀਤੀ ਹੈ ਮੇਰੇ ਸੋਹਣੇ ਸਤਗੁਰਾਂ ਨੇ ਫਰਮਾਉਣਾ ਕੀਤਾ ਕਿ ਇਸ ਤਰ੍ਹਾਂ ਰਬਾਬੀਆਂ ਦਾ ਕੋਈ ਕਸੂਰ ਨਹੀਂ ਬਣਦਾ ਤੂੰ ਸੰਗਤ ਨੂੰ ਚਾਪ ਚਬਾਉਂਦਾ ਹੈ ਤੇ ਰਬਾਬੀ ਸੰਗਤ ਕੋ ਪ੍ਰਸ਼ਾਧੀਆਂ ਲੱਗੇ ਛਕਵਾਉ। ਇਹ ਉਚਾਰਨ ਕੀਰਤਨ ਦੀ ਮਹੱਤਤਾ ਨੂੰ ਦ੍ਰਿੜ ਕਰਵਾਉਂਦਾ ਹੈ। ਆਸਾ ਕੀ ਵਾਰ ਨੂੰ ਪਾਤਸ਼ਾ ਝੂਠ ਕਪਟ ਫਰੇਵ ਬਣਾਵੜ ਤੇ ਗਿਰਾਉ ਤੇ ਰੋਗਾਂ ਦਾ दारू ਕਹਿੰਦੇ ਸਨ। ਪਾਉ ਆਸਾ ਕੀ ਵਾਰ ਦੀ ਬਾਣੀ ਇਹ ਜੀਵਨ ਵਿੱਚੋਂ ਝੂਠ, ਕਪਟ, ਫਰੇਵ ਤੇ ਬਣਾਵਟ ਨੂੰ ਖਤਮ ਕਰਦੀ ਹੈ। ਗੋਲਗਰੀ ਭੇਟਾ ਨੂੰ ਬਿਖ ਸਮਾਨ ਦਰਸਾਉਣ ਲਈ ਇੱਕ ਵੇਰਾਂ ਸਾਰਾ ਖਜ਼ਾਨਾ ਸਤਗੁਰਾਂ ਨੇ ਦਰਿਆ ਸਤਲੁਜ ਵਿੱਚ ਸੁੱਟਵਾ ਦਿੱਤਾ ਅਤੇ ਕੀਮਤੀ ਬਸਰਾ ਨੂੰ ਅਗ ਲਗਵਾ ਦਿੱਤੀ। ਜਦੋਂ ਸਿੱਖਾਂ ਪੁੱਛਿਆ ਮਹਾਰਾਜ ਐਸਾ ਕਿਉਂ ਕੀਤਾ ਤਾਂ ਫਰਮਾਉਣ ਲੱਗੇ ਮਾਇਆ ਤਾਂ ਸਾਰੀ ਹੀ ਬਿਖ ਰੂਪ ਹੈ। ਪਰ ਇਹ ਗੋਲਗਦੀ ਮਾਇਆ ਪਰਮ ਬਿਖ ਹੈ। ਗੁਰੂ ਕੀ ਕੌਡੀ ਸਿੱਖ ਕੋ ਬਿਖ ਹੈ ਪਰ ਸਿੱਖ ਨਹੀਂ ਜਾਣਤੇ ਜਿਵੇਂ ਕਿਸੇ ਦਾ ਦੁੱਧ ਕਾਲਾ ਸਰਪ ਝੂਠਾ ਕਰ ਜਾਏ ਅਤੇ ਬੱਚਾ ਉਸੇ ਦੁੱਧ ਲਈ ਰੋਵੇ ਤੜਪੇ ਤਾਂ ਵੀ ਮਾਂ ਨਹੀਂ ਦਿੰਦੀ ਕਿਉਂਕਿ ਮਾਂ ਨੂੰ ਬੱਚਾ ਪਿਆਰਾ ਹੈ ਇਸੇ ਤਰ੍ਹਾਂ ਸਿੱਖ ਮੈਨੂੰ ਬਹੁਤ ਪਿਆਰੇ ਹਨ ਇਹ ਪੂਜਾ ਕੀ ਕੌਡੀ ਇਸੇ ਕਾਰਨ ਇਹਨਾਂ ਨੂੰ ਨਹੀਂ ਦਿੰਦਾ ਇੱਕ ਸਿੱਖ ਨੇ ਹੱਥ ਜੋੜ ਬਿਨੇ ਕੀਤੀ ਸੱਚੇ ਪਾਤਸ਼ਾਹ ਸਾਡੇ ਮਨ ਕਿ ਸ਼ੰਕਾ ਹੈ ਤੁਸੀਂ ਇਹ ਭੇਟਾ ਫਿਰ ਲੈਂਦੇ ਕਿਉਂ ਹੋ ਦਸਮ ਪਾਤਸ਼ਾਹ ਬੜੇ ਪ੍ਰਸੰਨ ਹੋਏ ਕਿ ਐਸਾ ਪ੍ਰਸ਼ਨ ਪੁੱਛਿਆ ਗਿਆ ਕਿਉਂਕਿ ਸਤਿਗੁਰਾਂ ਨੂੰ ਜਦੋਂ ਕੋਈ ਗੁਰੂ ਦਾ ਸਿੱਖ ਸਵਾਲ ਕਰਦਾ ਸੀ ਇਹ ਜਵਾਬ ਜੋ ਸਤਿਗੁਰੂ ਬਖਸ਼ਿਸ਼ ਕਰਦੇ ਸਨ ਕੇਵਲ ਇੱਕ ਸਿੱਖ ਲਈ ਨਹੀਂ ਸਗੋਂ ਸਾਰੇ ਜਹਾਨ ਲਈ ਸਾਂਝਾ ਹੁੰਦਾ ਸੀ ਇਸ ਸਵਾਲ ਦਾ ਜਵਾਬ ਦਿੰਦੇ ਆਂ ਸਤਿਗੁਰਾਂ ਨੇ ਫਰਮਾਇਆ ਇੱਕ দান ਲੈਵਣਾ ਹੈ ਦੂਸਰਾ ਅਮਾਨਤ ਕਾ ਲੈਵਣਾ ਹੈ ਜੋ ਕਿਸੇ ਦੀ ਅਮਾਨਤ ਰਖਦਾ ਹੈ ਉਹ ਵੀ ਲੈਂਦਾ ਹੀ ਦਿਸਦਾ ਹੈ ਗੁਰੂ দান ਨਹੀਂ ਲੈਵਦਾ ਸਗੋਂ ਅਮਾਨਤ ਲੈਂਦਾ ਹੈ ਅਸੀਂ ਇਹ ਭੇਟਾ ਅਮਾਨਤ ਰੂਪ ਵਿੱਚ ਰੱਖਦੇ ਤੇ ਵਰਤਦੇ ਹਾਂ। ਅਵਤਾਰ ਪੂਜਾ ਤੇ ਜ਼ੋਰ ਦਿੰਦਿਆਂ ਇੱਕ ਬ੍ਰਾਹਮਣ ਨੂੰ ਬਚਨ ਕੀਤਾ ਸੀ। "ਕ੍ਰਿਸ਼ਨ ਸ਼ਰਣੀ ਨਾ ਤਕੋ ਪਰਮਪੁਰਖ ਕੀ ਚਰਨੀ ਲਗੋ।" ਜਦ ਬ੍ਰਾਹਮਣ ਨੇ ਤਰਕ ਕਰਕੇ ਕਿਹਾ ਕਿ ਰੂਪ ਤੋਂ ਬਿਨਾਂ ਧਿਆਨ ਕਿਵੇਂ ਲਗੇ ਤਾਂ ਦੁਸ਼ਟ ਦਮਨ ਨੇ ਬਚਨ ਕੀਤਾ ਸੀ ਸੁਪਨੇ ਵਿੱਚ ਧਿਆਨ ਹੁੰਦਾ। ਜ਼ਰੂਰ ਦਿਸਦੀਆਂ ਅਵਸਥਾਂ ਵਿੱਚ ਹੈ ਪਰ ਜਾਗਦਿਆਂ ਹੀ ਉਹ ਅਵਸਥਾਂ ਕਿੱਥੇ ਚਲੀਆਂ ਜਾਂਦੀਆਂ ਹਨ ਸੋ ਮੋਹ ਦੀ ਨੀਂਦ ਤੋਂ ਜਾਗੋ ਇਹ ਨੀਂਦ ਖੁੱਲੇਗੀ ਸਤਸੰਗ ਵਿੱਚ ਗਿਆਂ ਸੰਗਤ ਕੀਤੀਆਂ ਹੀ ਪਤਾ ਲੱਗੇਗਾ ਕਿ ਥਿਰ ਕੀ ਹੈ ਸਦਾ ਟਿਕਣ ਵਾਲਾ ਕੀ ਹੈ ਸਾਨੂੰ ਜੋ ਦੁੱਖ ਵਾਪਰਦਾ ਹੈ ਉਸ ਦਾ ਇਹੋ ਕਾਰਨ ਹੈ ਕਿ ਅਸਾਂ ਪਿਆਰ ਮਰਨਹਾਰ ਤੇ ਵਿਛਣਨਹਾਰ ਨਾਲ ਪਾ ਲਿਆ ਵਾਹਿਗੁਰੂ ਪਰਮੇਸ਼ਰ ਸਦਾ ਬਖਸ਼ਾਂਦਾ ਹੈ ਮਿੱਠਾ ਹੈ ਤੇ ਪੀੜ ਰਹਿਤ ਹੈ ਉਸ ਨਾਲ ਪਿਆਰ ਪਾਇਆ ਕਦੇ ਵਿਛੋੜਾ ਨਹੀਂ ਹੁੰਦਾ ਇਹ ਵਿਛੋੜਾ ਸਿਮਰਨ ਕਰਨ ਨਾਲ ਹੀ ਦੂਰ ਹੁੰਦਾ ਹੈ ਬਿਨ ਸਿਮਰਨ ਜੀਵਨ ਬਾਲਣ ਵਾਂਗ ਹੈ ਜਿਸ ਤਰ੍ਹਾਂ ਚੁੱਲ੍ਹੇ ਵਿੱਚ ਲੱਕੜਾਂ ਦਾ ਬਾਲਣ ਇਸੇ ਤਰ੍ਹਾਂ ਇਸ ਸਰੀਰ ਵਿੱਚ ਅੰਨ ਦਾਣੇ ਦਾ ਬਾਲਣ ਜਦੋਂ ਸਿਮਰਨ ਦਾ ਨਿਵਾਸ ਹੋ ਜਾਵੇਗਾ ਤਾਂ ਜੀਵਨ ਰਸਦਾਇਕ ਤੇ ਸੁਆਦਲਾ ਹੋ ਜਾਵੇਗਾ ਤੇ ਗੁਰੂ ਦੇ ਚਰਨਾਂ ਵਿੱਚੋਂ ਮੰਗਣਾ ਕੀ ਏ ਨਾਮ ਦੇਹੋ ਦਾਨ ਦੇਹੋ ਸਾਸ ਦੇਹੋ ਭਗਤ ਭਾਵਾ ਦਰਸ ਦੇਓ ਪਰਸ ਦੇਹ ਪੈਰ ਕੋ ਹਰਸ ਦੇਹ ਬਰਸ ਸੋ ਦੇਹੋ ਮੋਹ ਜੋ ਕਿਰਪਾ ਛਾਵਾ ਦਾਨ ਦੇਹੋ ਮਾਨ ਦੇਹੋ ਗਿਆਨ ਦੇਹੋ ਭੈ ਹਰੋ ਸਦਕ ਦੇਹੋ ਪ੍ਰੇਮ ਦੇਹੋ ਨੇਮ ਸਿੱਧੀ ਜੁਗਤ ਦੇਹੋ ਭੁਗਤ ਦੇਹੋ ਭਗਤ ਦੇਹੋ ਭਾਉ ਦੇਹੋ ਭੈ ਦੀਜੈ ਰਜਾ ਕੀ ਰੀਤ ਤਿਖੀ ਕੈਸੇ ਬਾਖਮਾਲ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੇ ਭਾਵ ਨੂੰ ਸੱਚੇ ਪਾਤਸ਼ਾਹ ਇਹਨਾਂ ਬਚਨਾਂ ਦੇ ਨਾਲ ਸਮਝਾਉਣਾ ਕਰਦੇ ਨੇ ਇੱਕ ਸਰਵਰੀਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਭੇਟਾ ਰੱਖੀ ਤਾਂ ਮਹਾਰਾਜ ਨੇ ਕਿਹਾ ਕਿ ਉਸੇ ਨੂੰ ਦੇ ਜਿਸ ਨੂੰ ਤੂੰ ਮੰਦਾ ਹੈ ਜਦ ਸਦਕ ਹੀ ਨਹੀਂ ਤਾਂ ਭੇਟਾ ਲਿਆ ਕੇ ਰੱਖਣ ਦਾ ਕੀ ਲਾਭ ਉਸਨੇ ਖਿਮਾ ਮੰਗੀ ਤੇ ਗੁਰੂ ਦਾ ਸਿੱਖ ਬਣਿਆ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਸਦਕ ਇੱਕ ਐਸੀ ਸੁਗੰਧੀ ਹੈ ਜਿਸ ਨਾਲ ਦਿਮਾਗ ਹੌਮੇ ਦੀ ਬਿਮਾਰੀ ਤੋਂ ਰਾਜ਼ੀ ਹੋ ਜਾਂਦਾ ਹੈ ਬੇਸਿੱਧਕੇ ਕੋਲੋਂ ਆ ਧਰਮ ਦੀ ਬਦਬੂ ਆਉਂਦੀ ਰਹਿੰਦੀ ਹੈ ਸੋ ਸਤਗੁਰ ਦੀਨ ਦੇ ਆਲ ਬਖਸ਼ਿਸ਼ਾਂ ਦੇ ਖਾਤੇ ਵਿੱਚੋਂ ਰਹਿਮਤਾਂ ਵੰਡ ਰਹੇ ਸਨ ਕਲਗੀਧਰ ਪਾਤਸ਼ਾਹ ਕੋਲੋਂ ਇੱਕ ਵਾਰੀ ਕਿਸੇ ਸਿੱਖ ਨੇ ਪੁੱਛਿਆ ਮਹਾਰਾਜ ਜਦ ਆਤਮਿਕ ਟਾਣੀ ਨੂੰ ਫੁੱਲ ਲੱਗੇ ਤਾਂ ਉਸ ਦਾ ਕਰਤਵ ਕੀ ਹੋਣਾ ਚਾਹੀਦਾ ਹੈ ਤਾਂ ਦਰਦੀ ਗੁਰੂ ਨੇ ਫਰਮਾਇਆ ਜਿਸ ਨੂੰ ਨਾਮ ਦੀ ਰੰਗਤ ਚੜ ਜਾਵੇ ਉਹ ਚੱਪੂ ਜਾਂ ਨਵੇਕਲਾ ਹੋ ਨਾ ਬੈਠੇ ਸਗੋਂ ਗਵਾਚਿਆਂ ਦੀ ਭਾਲ ਕਰੇ ਆਪਣਿਆਂ ਨੂੰ ਇਕੱਤਰ ਕਰੇ ਅਤੇ ਨਵੇਂਆਂ ਨੂੰ ਲਗਾਏ ਜਿਵੇਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਤਰੇ ਤਾਰੇ ਗੁਰਸਿੱਖ ਸਿੱਖ ਘਰ ਗ੍ਰਸਤ ਕੋਈ ਆਸ਼ਰਮ ਨਹੀਂ ਸਗੋਂ ਧਰਮ ਹੈ ਗ੍ਰਸਤੀ ਨੂੰ ਘਰ ਵਿੱਚ ਹੀ ਸਤਸੰਗ ਮਿਲ ਜਾਂਦਾ ਹੈ ਗ੍ਰਸਤ ਵਿੱਚੋਂ ਵਿਖ ਗੁਰੂ ਪਾਤਸ਼ਾਹਾਂ ਹੀ ਕੱਢੀ ਸੀ ਗ੍ਰਸਤ ਵਿੱਚ ਹੀ ਰੱਬ ਦਾ ਮਿਲਾਪ ਕਰਨ ਦਾ ਵੱਲ ਗੁਰੂ ਸਹਿਬਾਨ ਨੇ ਸਿਖਾਇਆ ਇਸੇ ਪਰਥਾਏ ਸਤਗੁਰ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਸੀ ਇਸਤਰੀ ਪੁਰਖ ਭਾਵੇਂ ਨਾਰ ਪਰਤਾ ਹਨ ਪਰ ਇੱਕ ਦੂਜੇ ਨੂੰ ਸਤਸੰਗ ਮਿਲ ਜਾਏ ਤਾਂ ਕਿਰਪਾ ਹੈ ਗ੍ਰਸਤੀ ਨੂੰ ਕਦੇ ਵੀ ਨਿਮੋ ਝਾਣਾ ਨਹੀਂ ਹੋਣਾ ਚਾਹੀਦਾ ਜਦ ਕਦੇ ਕੋਈ ਕਾਰਜ ਅੜਦਾ ਹੈ ਤੇ ਨਾ ਹੁੰਦਾ ਦਿਖਾਈ ਦੇਵੇ ਤਾਂ ਆਪ ਜੀ ਨੇ ਦੱਸਿਆ ਕਿ ਕੜਾ ਪ੍ਰਸ਼ਾਦ ਕਰਕੇ ਅਰਦਾਸ ਕਰਨੀ ਸਾਰੇ ਬਨੋਰਤ ਪੂਰੇ ਹੋਣਗੇ ਕੋਈ ਸੁਖਣਾ ਮੰਨਣ ਜਾਂ ਦੂਰ ਦੂਰ ਭਟਕਣ ਦੀ ਲੋੜ ਨਹੀਂ ਕਰੋ ਤਿਹਾਵਲ ਅਰਹਿ ਜੋ ਕਾਜ ਕਰ ਅਰਦਾਸ ਧਰੋ ਮਮਤਿਆਨਾ ਹੋਏ ਮਨੋਰਤ ਪੂਰ ਮਹਾਨਾ ਪੰਜ ਪੁੰਝੰਗੀਆਂ ਤੇ ਅਰਦਾਸ ਕਰਾਓ ਜੋ ਮੰਗਾਏ ਸੋਈ ਫਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ